ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਵਾਰਾਣਸੀ
ਸਤਿਗੁਰ ਸਵਾਮੀ ਨਰਿੰਦਰ ਦਾਸ ਜੀ ਮਹਾਰਾਜ ਉਹਨਾਂ ਵੱਲੋਂ ਰਵਦਾਸੀਆ ਕੌਮ ਦੇ ਅਮਰ ਸ਼ਹੀਦ ਸ਼੍ਰੀ 108 ਸੰਤ ਰਾਮਾਨੰਦ ਜੀ ਮਹਾਰਾਜ ਉਹਨਾਂ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਦੇ ਨਾਲ ਸੰਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਉਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਡੇਰਾ ਸ੍ਰੀ 108 ਸੰਤ ਸਰਬੰਦ ਦਾਸ ਜੀ ਸੱਚਖੰਡ ਬੱਲਾ ਵਿਖੇ ਸਤਿਗੁਰ ਸਵਾਮੀ ਨਰਿੰਦਰ ਦਾਸ ਜੀ ਮਹਾਰਾਜ ਉਹਨਾਂ ਦੀ ਸਰਪ੍ਰਸਤੀ ਹੇਠ ਅੰਮ੍ਰਿਤ ਬਾਣੀ ਦੇ 6 ਜਾਪ ਹੋਏ ਹਨ ਪਹਿਲਾ ਜਾਪ ਸਤਿਗੁਰੂ ਸਵਾਮੀ ਨਰਿੰਦਰ ਦਾਸ ਜੀ ਮਹਾਰਾਜ ਮੌਜੂਦਾ ਗੱਦੀਨਿਸ਼ੀ ਡੇਰਾ ਸ੍ਰੀ 108 ਸੰਤ ਸਰਬੰਦ ਦਾਸ ਜੀ ਸੱਚਖੰਡ ਬੱਲਾ ਉਹਨਾਂ ਵੱਲੋਂ ਅੰਮ੍ਰਿਤ ਸ਼ਹੀਦ ਸ੍ਰੀ 108 ਸੰਤ ਰਾਮਾਨੰਦ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦੂਸਰੇ ਜਾਪ ਸ਼੍ਰੀਮਾਨ ਇਕਬਾਲ ਸਿੰਘ ਜੀ ਅਤੇ ਉਹਨਾਂ ਦੇ ਧਰਮ ਪਤਨੀ ਬੀਬੀ ਵੀਨਾ ਰਾਣੀ ਦੇ ਸਭੋ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਜੂਕੇ ਵਾਲਿਆਂ ਵੱਲੋਂ ਤੀਸਰੇ ਜਾਪ ਸ਼੍ਰੀਮਾਨ ਰਵਿੰਦਰ ਕੌਰ ਉਹਨਾਂ ਦੇ ਧਰਮ ਪਤਨੀ ਬੀਬੀ ਰੋਜੀ ਕੁਮਾਰੀ ਬੇਟਾ ਗਿਆਨ ਕੌਰ ਬੇਟਾ ਵਿਸ਼ਾਲ ਕੌਰ ਵਾਸੀ ਨਿਊਜ਼ੀਲੈਂਡ ਵਾਲਿਆਂ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਚੌਥੇ ਜਾਪ ਸ਼੍ਰੀਮਾਨ ਹਰਮਨ ਉਹਨਾਂ ਦੇ ਧਰਮ ਪਤਨੀ ਬੀਬੀ ਮਨਦੀਪ ਕੌਰ ਬੱਚੇ ਜਸਟੀਨ ਬੇਟੀ ਮਹਿਰਾ ਵਾਸੀ ਕਾਟੀਆਂ ਦੇ ਸਭੋ ਪਰਿਵਾਰ ਵੱਲੋਂ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਪੰਜਵੇਂ ਜਾਪ ਸ਼੍ਰੀਮਾਨ ਕੁਲਵਿੰਦਰ ਸਿੰਘ ਜੀ ਸਭੋ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਨੌਕਰੀ ਮਿਲਣ ਦੀ ਖੁਸ਼ੀ ਵਿੱਚ ਜਾਪ ਵਾਸੀ ਢੋਲੋਵਾਲ ਵਾਲਿਆਂ ਵੱਲੋਂ ਛੇਵੇਂ ਜਾਪ ਸ਼੍ਰੀਮਾਨ ਦੌਲਤ ਰਾਮ ਜੀ ਬੀਬੀ ਸੁਰਿੰਦਰ ਕੌਰ ਦੇ ਸਭੋ ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਸੱਚੇ ਪਾਤਸ਼ਾਹ ਜੀਓ ਵਾਸੀ ਵੱਡੀ ਮਿਆਣੀ ਵਾਲਿਆਂ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਜਾਪ ਕਰਵਾਏ ਹਨ ਗੁਰੂ ਜੀ ਕਿਰਪਾ ਕਰਨੀ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦੇਸ਼ ਦੇ ਸਹਾਇਤਾ ਕਰਨੀ ਬੀਜਿਆ ਦਾਨ ਹਰਾ ਕਰਨਾ ਬਹੁਤ ਹੀ ਸ਼ਰਧਾ ਦੇ ਨਾਲ ਅੰਮ੍ਰਿਤ ਬਾਣੀ ਦੇ ਸਰੂਪਾਂ ਨੂੰ ਸਤਿਗੁਰ ਸਵਾਮੀ ਨਰਿੰਦਰ ਦਾਸ ਜੀ ਮਹਾਰਾਜ ਉਹਨਾਂ ਵੱਲੋਂ ਅਤੇ ਗੁਰਮੁਖ ਪਰਿਵਾਰਾਂ ਵੱਲੋਂ ਅੰਮ੍ਰਿਤ ਬਾਣੀ ਦੇ ਸਰੂਪਾਂ ਨੂੰ ਰੁਮਾਲੇ ਅਰਪਣ ਕੀਤੇ ਹਨ ਸਾਧ ਸੰਗਤ ਬਿਨਾਂ ਭਾਉ ਨਹੀਂ ਉੱਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਅਰਦਾਸ ਇੱਕ ਬੇਨਤੀ ਹਰ ਸਿਉ ਪੈਜ ਰਾਖੋ ਰਾਜਾ ਰਾਮ ਜੀ ਸਤਿਗੁਰ ਜੀ ਕਿਰਪਾ ਕਰਨੀ ਸੇਵਕਾਂ ਦੀ ਲਾਜਪਤ ਰੱਖਣੀ ਪੇਖ ਪੇਖ ਦੀ ਲਾਜ ਰੱਖਣੀ ਜਗਤ ਗੁਰਦਾਸ ਮਹਾਰਾਜ ਜੀ ਹੈ ਅਕਾਲ ਪੁਰਖ ਅੰਤਰ ਜਮ ਆਪ ਜੀ ਦੀ ਰਸਨਾ ਵਾਸਤੇ ਪ੍ਰਸ਼ਾਦ ਤਿਆਰ ਹੈ ਕਹਿ ਅਰਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰ ਭੋਗ ਤੁਹਾਰੇ ਆਪ ਜੀ ਨੂੰ ਭੋਗ ਲੱਗੇ ਸੀ ਪ੍ਰਸ਼ਾਦ ਸਾਧ ਸੰਗਤ ਦੀ ਰਸਨੀ ਲਾਇਕ ਹੋਵੇ ਜੋ ਛਕੇ ਆਪ ਜੀ ਦਾ ਨਾਮ ਜਪੇ ਗੁਰਮੁਖ ਪਰਿਵਾਰਾਂ ਵੱਲੋਂ ਬੇਨਤ ਮਾਇਆ ਅਰਦਾਸ ਹੋਈ ਹੈ ਸਤਿਗੁਰ ਜੀ ਕਿਰਪਾ ਕਰਨੀ ਇਹ ਸੰਗਤਾਂ ਵੱਲੋਂ ਜੋ ਤੇਰੇ ਕੋਲ ਬੇਟਾ ਹਾਜ਼ਰ ਹੋਈ ਹੈ ਸਭ ਦੀ ਬੇਟਾ ਦਰ ਪ੍ਰਵਾਨ ਕਰਨੀ ਸਭਨਾਂ ਦੇ ਖਜ਼ਾਨਿਆਂ 'ਚ ਬਰਕਤਾਂ ਪਾਉਣੀਆਂ ਔਰ ਬੀਜਿਆ ਦਾਨ ਹਰਾ ਕਰਨਾ ਇਸ ਵਕਤ ਗੁਰੂ ਮਹਾਰਾਜ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਹੀ ਸੰਤ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਕੀਤਾ ਹੋਵੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਦਾਸ ਜੀ ਮਹਾਰਾਜ ਧੰਨ ਧੰਨ ਸਤਿਗੁਰ ਸਵਾਮੀ ਸਰਬੰਦ ਦਾਸ ਜੀ ਮਹਾਰਾਜ ਹੇ ਅਕਾਲ ਪੁਰਖ ਅੰਤਰਗਾਮੀ ਆਪ ਜੀ ਦੇ ਨਾਮ ਦੀ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਗਿਆਨ ਕੀ ਆਸ ਤੇ ਮਨ ਤੋਕ ਜਾਣਗੇ ਸਤ ਪਾਤ ਰਵਦਾਸ ਐਸਾ ਜਾਣੂ ਰਾਜ ਮੈਂ ਜਾਂ ਮਿਲੈ ਸਵਨ ਕੋ ਅੰਨ ਛੋਟ ਬੜੇ ਸਭ ਸਮਗਸ ਰਵਦਾਸ ਰਹੇ ਪ੍ਰਸੰਨ ਰਵਦਾਸ ਜੇ ਗ੍ਰੰਥ ਹੈ ਪਰ ਸੁਣੇ ਮਨ ਲਾਏ ਸਭੇ ਪਦਾਰਥ ਮਿਲੇ ਇਸ ਸੇ ਸਭ ਵਰ ਪਾਏ ਬੋਲੇ ਸੋਨ ਰੁਪਏ ਜਗਤ ਗੁਰਦਾਸ ਮਹਾਰਾਜ ਕੀ ਜੈ
ਮੋਨੇ ਸੋਨ ਰਪੈ ਸਤਿਗੁਰੂ ਬਾਬਾ ਗੁਰਦਾਸ ਮਹਾਰਾਜ ਕੀ ਜੈ ਮੋਨੇ ਸੋਨ ਰਪੈ ਸਤਿਗੁਰੂ ਸੁਆਮੀ ਸਰਬੰ ਦਾਸ ਮਹਾਰਾਜ ਕੀ ਜੈ ਮੋਨੇ ਸੋਨ ਰਪੈ ਸਤਿਗੁਰ ਸੁਆਮੀ ਹਰਿਦਾਸ ਮਹਾਰਾਜ ਕੀ ਜੈ ਮੋਨੇ ਸੋਨ ਰਪੈ ਸਤਿਗੁਰ ਸੁਆਮੀ ਗਰੀਬਦਾਸ ਮਹਾਰਾਜ ਕੀ ਜੈ ਮੋਨੇ ਸੋਨ ਰਪੈ ਅਮਰ ਸ਼੍ਰੀ ਸੰਤ ਰਮਨਕ ਮਹਾਰਾਜ ਕੀ ਜੈ ਮੋਨੇ ਸੋਨ ਰਪੈ ਸਰਬ ਭੇਦ ਭਗਵਾਨ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ 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 ਇਹੋ ਜਿਹੇ ਮਹਾਂਪੁਰਸ਼ ਸੰਸਾਰ ਦੇ ਵਿੱਚ ਵਿਰਲੇ ਨੇ ਗਿਰ ਗਿਰ ਮੈਂ ਮਾਣਕ ਨਹੀਂ ਗਜ ਗਜ ਮੋਤੀ ਨਾ ਹੈ ਚੰਦਨ ਤਰ ਬਨ ਬਨ ਨਹੀਂ ਸੰਤ ਨਾ ਪੁਰ ਪੁਰ ਮਾਰ ਅੱਜ ਉਹਨਾਂ ਮਹਾਂਪੁਰਸ਼ਾਂ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਦੇ ਨਾਲ ਡੇਰਾ ਸ੍ਰੀ 108 ਸੰਤ ਸਰਬੰਸ ਦਾਸ ਜੀ ਸੱਚਖੰਡ ਪੱਲਾ ਵਿਖੇ ਸਤਿਗੁਰ ਸੁਆਮੀ ਨਿਰੰਜਨ ਦਾਸ ਜੀ ਮਹਾਰਾਜ ਉਹਨਾਂ ਦੀ ਸਰਪ੍ਰਸਤੀ ਹੇਠ ਮਨਾਇਆ ਜਾ ਰਿਹਾ ਹੈ ਮਹਾਂਪੁਰਸ਼ਾਂ ਦੇ ਜੋ ਆਪਾਂ ਦਿਨ ਮਨਾਉਂਦੇ ਹਾਂ ਉਸਦਾ ਭਾਵ ਇਹ ਹੀ ਹੈ ਕਿ ਜੋ ਉਹਨਾਂ ਨੇ ਸਾਨੂੰ ਸੱਤ ਦਾ ਮਾਰਗ ਬਖਸ਼ਿਸ਼ ਕੀਤਾ ਜੋ ਸੇਵਾ ਦੇ ਉਪਦੇਸ਼ ਦਿੱਤੇ ਭਾਈ ਇਹ ਮਾਨਵ ਜੀਵਨ ਪ੍ਰਾਪਤ ਹੋਇਆ ਸੇਵਾ ਕਰੋ ਸਿਮਰਨ ਕਰੋ ਔਰ ਸੱਚ ਦੇ ਮਾਰਗ 'ਤੇ ਚੱਲੋ ਉਹਨਾਂ ਮਹਾਂਪੁਰਸ਼ਾਂ ਦੇ ਚਰਨਾਂ 'ਚ ਇਹ ਸੱਚੀ ਸੁੱਚੀ ਨਮਸਕਾਰ ਹੈ ਕਿ ਉਹਨਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰਨਾ ਹੈ ਜਗਤ ਗੁਰੂ ਸਤਿਗੁਰੂ ਦਾਸ ਜੀ ਮਹਾਰਾਜ ਅੰਮ੍ਰਿਤ ਬਾਣੀ ਦੁਆਰਾ ਇਹ ਉਪਦੇਸ਼ ਦਿੰਦੇ ਹਨ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਗਹਿਰ ਅਰਦਾਸ ਇੱਕ ਬੇਨਤੀ ਹਰ ਸਿਉਂ ਪੈਗ ਰਾਖੋ ਰਾਜਾ ਰਾਮ ਸਤਿਗੁਰ ਸੁਆਮੀ ਨਿਰੰਜਨ ਦਾਸ ਜੀ ਮਹਾਰਾਜ ਉਹਨਾਂ ਦੇ ਨਾਲ ਮਹਾਰਾਜ ਜੀ ਰਾਮਾਨੰਦ ਜੀ ਉਹਨਾਂ ਨੇ ਹਰਿਆਣਾ ਯੂਪੀ ਮਹਾਰਾਸ਼ਟਰ ਮੱਧ ਪ੍ਰਦੇਸ਼ ਰਾਜਸਥਾਨ ਹਿਮਾਚਲ ਹਰ ਜਗ੍ਹਾ ਜਾ ਕੇ ਉਹਨਾਂ ਨੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੀਤਾ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਸਾਨੂੰ ਸਭ ਨੂੰ ਉਹਨਾਂ ਦੀਆਂ ਯਾਦਾਂ ਆ ਰਹੀਆਂ ਜੋ ਬੁਲੰਦ ਆਵਾਜ਼ ਦੇ ਵਿੱਚ ਉਹ ਕਿਹਾ ਕਰਦੇ ਸਨ ਦਿਲਾਂ ਛੱਡ ਇਸ ਝੂਠੇ ਸੰਸਾਰ ਦੀਆਂ ਗੱਲਾਂ ਆ ਜਾ ਕਰ ਲਈਏ ਰੱਬ ਦੇ ਪਿਆਰ ਦੀਆਂ ਗੱਲਾਂ ਅੱਕਦੇ ਥੱਕਦੇ ਨਹੀਂ ਸਨ ਸੋ ਗੁਰੂ ਰੂਪ ਸਾਧ ਸੰਗਤ ਜੀ ਉਹਨਾਂ ਮਹਾਂਪੁਰਸ਼ਾਂ ਦਾ ਜੀਵਨ ਇੱਕ ਸਾਡੇ ਸਾਰਿਆਂ ਦਾ ਪ੍ਰੇਰਨਾ ਸਰੋਤ ਹੈ ਤੋ ਉਹਨਾਂ ਮਹਾਂਪੁਰਸ਼ਾਂ ਨੇ ਜੋ ਸਾਨੂੰ ਇਹ ਮਾਰਗ ਦਿੱਤਾ ਹੈ ਕਿ ਭਾਈ ਪ੍ਰੇਮ ਦੇ ਨਾਲ ਰਹਿਣਾ ਪ੍ਰਭੂ ਭਗਤੀ ਔਰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਉਹਨਾਂ ਨੇ ਜਨ ਜਨ ਤੱਕ ਪਹੁੰਚਾਇਆ ਅਤੇ ਅੱਜ ਸਤਿਗੁਰੂ ਸੁਆਮੀ ਨਿਰੰਜਨ ਦਾਸ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਉਹਨਾਂ ਦੇ ਸੱਚੇ ਪਾਤਸ਼ਾਹ ਜੀ ਜੋ ਮਾਰਗ ਸਨ ਕਿ ਇਹੀ ਹੈ ਪਰਮਾਤਮਾ ਦਾ ਨਾਮ ਜਪੋ ਸੇਵਾ ਕਰੋ ਔਰ ਬੱਚਿਆਂ ਨੂੰ ਵਿੱਦਿਆ ਪੜ੍ਹਾਓ ਸਤ ਵਿੱਦਿਆ ਕੋ ਪੜ੍ਹੇ ਪ੍ਰਾਪਤ ਕਰੇ ਸਦਾ ਗਿਆਨ ਰਵਿਦਾਸ ਕਹੇ ਬਿਨ ਵਿੱਦਿਆ ਨਰਕੋ ਜਾਣ ਅਜਾਨ ਗੁਰੂ ਰੂਪ ਸਾਧ ਸੰਗਤ ਜੀ ਉਹਨਾਂ ਨੇ ਜੋ ਸਾਨੂੰ ਉਪਦੇਸ਼ ਦਿੱਤੇ ਹਨ ਆਪਾਂ ਉਹਨਾਂ ਦੇ ਉਪਦੇਸ਼ਾਂ 'ਤੇ ਚੱਲ ਕੇ ਆਪਣਾ ਜੋ ਵੀ ਜੀਵਨ ਹੈ ਇਸ ਨੂੰ ਸਫਲ ਕਰਨਾ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਦਾਸ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹੋਇਆ ਮੈਂ ਇੱਥੇ ਬਾਣੀ ਨੂੰ ਬ੍ਰਹਮ ਦਿੰਦਾ ਹਾਂ ਜੈ ਗੁਰਦੇਵ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਸਤਿਗੁਰੂ ਬਾਬਾ ਪਿੱਪਲਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਸਤਿਗੁਰ ਸੁਆਮੀ ਸਰਬੰਸ ਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਸਤਿਗੁਰ ਸੁਆਮੀ ਹਰਿਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਸਤਿਗੁਰ ਸੁਆਮੀ ਗਰੀਬਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਕੀ ਜੈ ਬੋਲੇ ਸੋ ਨਿਰਭੈ ਸਰਬ ਭੇਦ ਭਗਵਾਨ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ ਸਤਨਾਮ ਸਤਨਾਮ
سپنا ہنس ہیرا بابا پپڑ داس گرو سرگن داس گرو ہری داس تن ستگرو گری وراس بندو نت صبح شام چند کمل کو نندوت کوٹ کو جہ گرو ساد رہسنو I don't know.
پیا سار رس تیرے آنے رس اوئے رس مگن کارے دکھ دوئے اوئے رس مگن کارے ਸਤਿਗੁਰ ਸਵਾਮੀ ਸਰਵਨ ਦਾਸ ਮਹਾਰਾਜ ਕੀ ਜੈ ਮਹਾਰਾਜ ਕੀ ਜੈ
ਅੱਜ ਇੱਕ ਸੰਸਥਾ ਵੱਲੋਂ ਬੇਨਤੀ ਆ ਕਿ ਅਸੀਂ ਸਾਡੀ ਰਵਦਾਸੀਆ ਕੌਮ ਦੇ ਸਰਮੋ ਅਮਰਜੀਤ ਸੰਤਰਾਮਾਨੰਦ ਮਹਾਰਾਜ ਜੀ ਆ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਅਸੀਂ ਮੂਰਤੀ ਸਾਡੀ ਸੰਸਥਾ ਵੱਲੋਂ ਬਣਾ ਕੇ ਦਿੱਤੀ ਜਾਊਗੀ ਅਤੇ ਕਿਤੇ ਸਥਾਪਿਤ ਕੀਤੀ ਜਾਊਗੀ ਮੈਡਲ ਮੈਡਲ ਮੁੰਡੇ ਦੇ ਪਾਉਣਾ